ਇੱਥੇ ਨੀ ਖੂਬਸੂਰਤੀ ਨਾ ਕੋਈ ਜਵਾਬ ਨੀ ਜਨਾਬ, ਇੱਕ ਅਲੱਗ ਥਲਗ ਨਜ਼ਾਰਾ ਵੇ ਜਨਾਬ ਏ ਵਾਲਾ। ਓਏ ਹੋਏ ਹੋਏ ਹੋਏ, ਬਹੁਤ ਬੁਰਾ ਰਸਤਾ ਜੀ। ਅਸਲਾਮ ਅਲੈਕੁਮ ਜੀ, ਉਮੀਦ ਕਰਨਾ ਸਾ ਸਾਰੇ ਵੱਲੋਂ ਸੋ ਮਿਹਰਬਾਨ ਜ਼ਫਰ ਸਤਕਿਰੋ ਕਸ਼ਮੀਰ ਟੀਵੀ ਜਨਾਬ ਵਾਲਾ ਸੁਬਾ ਬਾ ਖੈਰ ਕੁਥੂ ਮੁਜ਼ਫਰਾਬਾਦ ਸ਼ਹਿਰ ਨੇ ਅੰਦਰ ਜਿਹੜਾ ਆਜ਼ਾਦ ਕਸ਼ਮੀਰ ਦਾ ਕੈਪੀਟਲ ਹੈ ਜਨਾਬ। ਅੱਜ ਮਾੜਾ ਸਫ਼ਰ ਜਿਹੜਾ ਵਾ ਬਹੁਤ ਹੀ ਇੱਕ ਅਮੇਜ਼ਿੰਗ ਡੈਸਟੀਨੇਸ਼ਨ ਨਾਲ ਵਾ, ਬਹੁਤ ਹੀ ਅਮੇਜ਼ਿੰਗ ਪਲੇਸ ਨਾਲ ਵੈ। ਇਸ ਤੋਂ ਪਹਿਲੇ ਉਹ ਬਹੁਤ ਘੱਟ ਐਕਸਪਲੋਰ ਹੋਇਆ ਵਾ ਪਲੇਸ, ਸ਼ਾਇਦ ਹੀ ਕੁਛ ਐਕਸਪਲੋਰ ਕੀਤਾ ਵੈ। ਫਸਟ ਟਾਈਮ ਮੈਂ ਜਾ ਰਿਹਾ ਉਸ ਐਕਸਪਲੋਰ ਕਰਨੇ ਤਾਂ ਉਸ ਜਗ੍ਹਾ ਦਾ ਨਾਂ ਜਨਾਬ ਪਟਿਆਲੀ ਟੋਪ ਉਸਕੀ ਆਖਣੇ ਨੇ। ਇਹ ਸੁਣਿਆ ਵਾ ਕਿ ਬਹੁਤ ਹੀ ਪਿਆਰੀ ਔਰ ਆਖਰੀ ਲੈਵਲ ਨੀ ਜਗ੍ਹਾ, ਮਤਲਬ ਬਹੁਤ ਉੱਚੀ ਜਗ੍ਹਾ ਵੈ। ਤੇ ਚਲੋ ਆਈ ਨਾ ਵਲੋਗ ਇੱਥੋਂ ਸਟਾਰਟ ਕਰਨੇ ਆ ਮੁਜ਼ਫਰਾਬਾਦ ਤੋਂ, ਤੇ ਤੱਕੋ ਕਿ ਉਹ ਜਗ੍ਹਾ ਫਿਰ ਕੀ ਅਜੇ ਹੋਣੀ ਆ ਔਰ ਕਿਸ ਤਰ੍ਹਾਂ ਜਨਾਬ ਵਾਲਾ ਮੈਂ ਉੱਥੇ ਪੁੱਜਦਾ ਵਾਂ ਤੇ ਅੱਲਾ ਯਾਦ ਕਰਕੇ ਨਿਕਲਨੇ ਆ ਜਨਾਬ। ਚਲੋ ਜੀ ਪਾੜੂਗਾ ਸ਼ਹਿਜ਼ਾਦਾ, ਕਿਉਂਕਿ ਮੇਰਾ ਰੂਮ ਇੱਥੇ ਦੋ ਦਿਹਾੜਿਆਂ ਤੋਂ ਬੁੱਕ ਹੈ, ਤੇ ਮੈਂ ਜਿਹੜਾ ਵਾ ਨਾ ਇਸਕੀ ਸਮਾਨ ਸਮਾਨ ਲਈ ਛੋੜਿਆ ਇਸ ਮਗਰੂ ਡੱਬਾ, ਮੈਂ ਕਿਹਾ ਕੁੱਥੇ ਇਤਨੇ ਉੱਪਰ ਮੈਂ ਜਾ ਸਾਂ ਤਾਂ ਡੱਬੇ ਛੱਬੇ ਚਾਰ ਸਾਂ, ਬਸ ਇਹ ਕੈਮਰਾ ਲਾਂ ਸਟਾਰਟ ਕਰਾਂ। ਅਲੱਗ ਯਾਦ ਕਰੀ ਇਸ ਨੂੰ, ਸੈਟਿੰਗ ਕਾਫੀ ਕਰਵਾਉਣੇ ਜੋ ਹੀ ਹੈ, ਇਸ ਨਾਲ ਤੇਲ ਚੇਂਜ ਹੋਣੇ ਜੋ, 1500 ਤੇ ਚੱਲੀ ਰਿਹਾ ਵਾ ਖੁੱਲੀ ਜਾ ਲਾਕ। ਜਨਾਬ ਮੁਜ਼ਫਰਾਬਾਦ ਤੋਂ ਸਾਰਾ ਸਫ਼ਰ ਸ਼ੁਰੂ ਹੋਇਆ, ਤੇ ਇਹ ਗੜੀ ਦੁਪੱਟਾ ਮੈਂ ਕੀ ਜਾਣਾ ਪਿਆ ਸੀ ਵਾਪਸ ਕੀ ਆ ਕਿ ਗੜੀ ਦੁਪੱਟਾ ਤੋਂ ਨਾ ਰੋਡ ਉਸਨੇ ਉੱਪਰ ਜਾਣੀ ਹੈ। ਇਹ ਤੋਂ ਮੇਲ ਪੁੱਲ ਹੈ ਜਿੱਥੇ ਦਰਿਆਏ ਜੇਹਲਮ ਅੱਛੀ ਗਿਆ ਤੇ ਦਰਿਆਏ ਨੀਲਮ ਅੱਛੀ ਗਿਆ, ਇਸ ਸਾਈਡੋਂ ਨਾ ਆਪਸ ਹੀ ਦੋਏ ਟੱਕਰ ਖਾਣੇ ਨੇ। ਫਿਰ ਅੱਗੇ ਅੱਛੀ ਨਾਰਾਨ ਕਾਵਾਨ ਵਾਲਾ ਦਰਿਆ ਨਵੇਂ ਨੇ, ਇਹ ਤਰੇ ਦਰਿਆ ਮਿਲੀ ਤੇ ਸਿੱਧੇ ਮੰਗਲਾ ਡੈਮ ਜਨਾਬ ਸਾਡੇ ਘਰੇ ਕੋਲ ਜਾ ਕੇ ਨਿਕਲਨੇ ਨੇ। ਕਾਇਦੇ ਆਜ਼ਮ ਬ੍ਰਿਜ ਇਹ ਕੋ ਲਾਲ ਸਾਈਡ ਰੋਡ ਜਾਣੀ ਹੈ, ਲੇਕਿਨ ਅਸਾਂ ਇੱਥੋਂ ਲੈਫਟ ਹੋ ਸਾਂ, ਇੱਥੋਂ ਲੈਫਟ ਹੋਈ ਕੇ ਅਸਾਂ ਗੜੀ ਦੁਪੱਟਾ ਵਾਲੀ ਸਾਈਡ ਜਾ ਸਾਂ। ਫਾਈਨਲੀ ਜਨਾਬ ਗੜੀ ਦੁਪੱਟਾ ਤੋਂ ਪਹਿਲੇ ਐਦਾ ਪੁੱਲ ਛੁਣਾ ਸਾਂ, ਮੁਜ਼ਫਰਾਬਾਦ ਵਾਲੀ ਸਾਈਡ ਤੋਂ ਆਈ ਰਹੇ ਸਾਂ, ਇਸ ਪੁੱਲਾਂ ਨੇ ਉੱਪਰ ਜੁਲਸਾਂ। ਇਹ ਤਾਂ ਮਾੜੇ ਫੇਵਰੇਟ ਪੁੱਲ ਲੈਣਾ, ਇਹ ਹੋਈ ਗਏ ਉਹ ਇੱਕ ਹੋਰ ਦੂਏ ਪੁੱਲ ਰੱਸਿਆਂ ਵਾਲੇ, ਇਹਨਾਂ ਉੱਪਰੋਂ ਡਰਾਈਵ ਕਰ ਰਹੇ ਨੇ ਇੱਕ ਆਪਣਾ ਹੀ ਮਜ਼ਾ। ਇੱਥੋਂ ਉਹ ਸਾਂ ਜਨਾਬ ਲੈਫਟ ਅਤੇ ਦਰਿਆਏ ਜੇਹਲਮ ਕ੍ਰਾਸ ਕਰੀ ਗਿਆ ਇਹਨਾਂ ਦਾ ਉੱਪਰ ਸਿੱਧੇ ਦੋਵਾਂ ਸਾਈਡੋਂ ਤੱਕੋ ਹਾਂ ਦਰਿਆਏ ਜੇਹਲਮ ਕੀ। ਚਲੋ ਜੀ ਰੋਡ ਤਾਂ ਫਿਲਹਾਲ ਪੱਕੀ ਆ, ਅੱਲਾ ਖੈਰ ਕਰ। ਇਹ ਸਾਹਮਣੇ ਦੇ ਪਹਾੜ ਜਿਨ੍ਹਾਂ ਪਰ ਚਾਰ ਢੱਠੇ ਹੋਏ ਜਨਾਬ, ਇਹਨਾਂ ਤੋਂ ਵੀ ਅਸਾਂ ਪਿੱਛਾ ਹੋਈ ਜਾ ਸਾਂ, ਔਰ ਅੱਪਰ ਤਾਂ ਕੋਈ ਨੈਕਸਟ ਹੀ ਲੈਵਲ ਨਾ ਮੌਸਮ ਹੋ ਸੀ, ਥੱਲੇ ਤਾਂ ਫਿਰ ਗਰਮੀ ਹੈ। ਇਨਸ਼ਾਅੱਲਾ ਅੱਪਰ ਚੜ੍ਹਾਂ ਤਾਂ ਫਿਰ ਪਤਾ ਲੱਗ ਸੀ ਕਿ ਕੀ ਇਹ ਜਿਹਾ ਮੌਸਮ ਹੈ। ਇਹਨਾਂ ਰੋਡਾਂ ਪਰ ਕੁਦਰੇ ਬੋਰਡ ਨਹੀਂ ਲੱਗਿਆ, ਜਿਸ ਤਰ੍ਹਾਂ ਦੀ ਇਹ ਡੈਸਟੀਨੇਸ਼ਨ ਹੈ, ਜਿਸ ਤਰ੍ਹਾਂ ਜਗ੍ਹਾ ਦਾ ਇੱਕ ਨਾਮ ਹੈ ਕਿ ਟੂਰਿਸਟ ਕੀ ਕੋਈ ਗਾਈਡ ਹੀ ਨਹੀਂ। ਹੁਣ ਮਾੜਾ ਜਿਹਾ ਬੰਦਾ ਜੇ ਫਸਟ ਟਾਈਮ ਜਾ ਰਿਹਾ, ਲੋਕਾਂ ਨੂੰ ਪੁੱਛੀ ਕੇ ਜਾਣਾ, ਤਾਂ ਜੇ ਚਾਰ ਬੋਰਡ ਲੱਗੀ ਜਾਣ ਇਸ ਰੋਡਾਂ ਪਰ ਤਾਂ ਈਜ਼ੀ ਹੋਈ ਜਾਏ ਅਸਾਂ ਵਾਸਤੇ ਵੀ। ਆਫ ਰੋਡ ਆਈ ਗਈ ਹੈ ਜਨਾਬ, ਹੁਣ ਕੋਈ ਥੋੜੀ ਜ਼ਿਆਦਾ ਲੰਬੀ ਆਫ ਰੋਡ ਹੈ। ਹੁਣ ਤੱਕ ਆ ਜਨਾਬ ਮੁਕੰਮਲ ਹੀ ਜੰਗਲ ਤੇ ਆਫ ਰੋਡ।
ਚੜੀ ਜਾ ਚੜੀ ਜਾ ਚੜੀ ਜਾ ਚੜ ਸੀ ਚੜ ਸੀ ਚੜ ਸੀ ਅਸਲ ਇੱਥੇ ਸਕੂਟਰਾਂ ਨੂੰ ਸਾਹ ਬੰਦ ਹੋਈ ਗਿਆ ਵੈ 150 cc ਨਾਲ ਵੀ ਅੱਜ ਸਾਹ ਬੰਦ ਹੋਇਆ ਵੈ ਇਹ ਉਹ ਰੋਡ ਆ ਜਨਾਬ ਜਿਹੜੀ ਹਟੀਆ ਬਾਲਾ ਵੀ ਜਾਣੀ ਆ ਸਾਹਮਣੇ ਤੱਕ ਸਭ ਚਕੋਟੀ ਵੀ ਲਿਖਿਆ ਲੀਪਾ ਵੈਲੀ ਵੀ ਤੇ ਸ੍ਰੀਨਗਰ ਵੀ ਇਹ ਜਾਣੀ ਆ 178 ਕਿਲੋਮੀਟਰ ਹੈ ਇੱਥੋਂ ਅੱਜ ਫਿਰ ਦਰਿਆ ਚੇਲਮ ਨਾਲ 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 ਸਾਡੇ ਆ ਹੀ ਰਿਹਾ ਵੈ ਸੜਕਾਂ ਨੇ ਇਸ ਲਈ ਕੁਝ ਮੱਕ ਜਵਾਨ ਹੋਈ ਗਈ ਹੈ ਤੇ ਕੁਝ ਮੱਕ ਹੁਣ ਵੀ ਆਉਣ ਲੱਗੀ ਵੀ ਹੈ ਇਸ ਲਈ ਮੌਸਮ ਜਿਹੜਾ ਨਾ ਮੱਕਾ ਨਾ ਵੈ ਅਗਸਤ ਨਾ ਮਹੀਨਾ ਵੈ ਨਾ ਲਓ ਜੀ ਜਨਾਬ ਪਹਾੜ ਚੜ੍ਹਨੇ ਚੜ੍ਹਨੇ ਨਜ਼ਰ ਮਾਰਾ ਹਾਂ ਕੁੱਥੇ ਰਹਿ ਗਿਆ ਥੱਲੇ ਸੜਕ ਮੈਨ ਤੇ ਕਿਤਨੇ ਅੱਪਰ ਅਸਾਂ ਆਈ ਗਿਆ ਹਾਲੇ ਇਹ ਕਿ ਅੱਪਰ ਤੱਕ ਇਸ ਤੋਂ ਕਈ ਗੁਣਾ ਅਸਾਂ ਜ਼ਿਆਦਾ ਅੱਪਰ ਜਾਣਾ ਵਾ ਅੱਜ ਬਿਲਕੁਲ ਝੜਾਂ ਵਿੱਚ ਬੜੀ ਜਾ ਸਾਂ ਇਹ ਥੱਲੇ ਗੜੀ ਦੁਪੱਟਾ ਏਰੀਆ ਤਾਂ ਬਾਕੀ ਜਨਾਬ ਕਹਾਂ ਜੀ ਕਸ਼ਮੀਰ ਦੀ ਜ਼ਿੰਦਗੀ ਕਾਕ ਆਪਣੇ ਬੱਚੇ ਬੱਕਰੀਆਂ ਦੇ ਨਾਲ ਇਸ ਟਾਈਮ ਇਸ ਨੀ ਗ੍ਰੀਨਰੀ ਜਿਹੜੀ ਹੈ ਕਸ਼ਮੀਰ ਦੀ ਪੀਕ ਪ੍ਰੈਸ ਹੈ ਜੀ ਖੂਬਸੂਰਤੀ ਨਾ ਹਰ ਮੌਸਮ ਇੱਥੇ ਖੂਬਸੂਰਤ ਹੋਣਾ ਲੇਕਿਨ ਫਿਰ ਗ੍ਰੀਨਰੀ ਹੈ ਉਹਦੇ ਫਿਰ ਅੱਖਾਂ ਕੀ ਠੰਡ ਗੱਛਣੀ ਹੈ ਸਹੀ ਅੱਜ ਵੀ ਪਤਾ ਲੱਗਣਾ ਕਿ ਮੈਂ ਕੋਟਲੀ ਦੀ ਸਾਈਡ ਫਿਰਨ ਲੱਗੇ ਹਾਂ ਵਾਂ ਅੱਪਰ ਨਜ਼ਰ ਮਾਰੋ ਹਾਂ ਜੀ ਜਿਉਂ ਜਿਉਂ ਅਸਾਂ ਅੱਪਰ ਜਾਣੇ ਜਾਣੇ ਆ ਕਿਆ ਹੀ ਨਜ਼ਾਰਾ ਚਾਲ ਢੱਠੇ ਵੇ ਸੁਭਾਨ ਅੱਲਾ ਜੀ ਜਿਉਂ ਜਿਉਂ ਅੱਗੇ ਜਾ ਹੀ ਰਿਹਾ ਤੂੰ ਤੂੰ ਨਜ਼ਾਰਿਆ ਨੀ ਕਿਆ ਹੀ ਬਾਤ ਹੈ ਔਰ ਕਿਤਨੀ ਖੂਬਸੂਰਤ ਰੋਡ ਹੈ ਸਿੰਗਲ ਹੈ ਲੇਕਿਨ ਖੂਬਸੂਰਤ ਹੈ ਹੁਣ ਆਈ ਕੀ ਹੈ ਜਨਾਬ ਆਫ ਰੋਡ ਤਾਂ ਤੱਕਣੇ ਉਹ ਕਿਤਨੀ ਕੁ ਆਫ ਰੋਡ ਹੋ ਸੀ ਪਰ ਆਫ ਰੋਡ ਨੇ ਪਰ ਵੀ ਡਰਾਈਵਿੰਗ ਨਾ ਇੱਕ ਆਪਣਾ ਹੀ ਮਜ਼ਾ ਇੱਥੇ ਕੋਈ ਪੁੱਲ ਵੀ ਲੱਗਣਾ ਕਿ ਕੋਈ ਮਨਜ਼ੂਰ ਹੋਇਆ ਲੇਕਿਨ ਅੱਧਾ ਨੇ ਵਿੱਚ ਹੀ ਰਿਹਾ ਵੇ 2 ਸਾਲ ਪਹਿਲੇ ਵੀ ਕਿਹਾ ਸਾਨੂੰ ਇਸ ਤਰ੍ਹਾਂ ਇਹ ਸ਼ੱਕ ਹਾਲਾਤ ਸਨ ਤਾਂ ਅੱਜ ਵੀ ਨਾ ਬਸ ਇੱਥੇ ਰਹੇ ਸੀ ਤਾਂ ਕਿਤਨਾ ਪਿਆਰਾ ਪਾਣੀ ਆ ਹੀ ਰਿਹਾ ਇਸ ਲਈ ਚਸ਼ਮਿਆਂ ਨਾਲ ਵਾਹ ਜੀ ਵਾਹ ਸੁਭਾਨ ਅੱਲਾ ਨਜ਼ਰ ਮਾਰੋ ਹਾਂ ਛੋਟੇ ਛੋਟੇ ਬੱਚੇ ਤੇ ਮੋਟੇ ਮੋਟੇ ਬੱਚੇ ਸਕੂਲੋਂ ਪੜ੍ਹੀ ਕੇ ਆ ਹੀ ਰਹੇ ਕੁਝ ਕੁਝ ਵਿੱਚ ਟੋਟੇ ਜਨਾਬ ਪੱਕੇ ਕੱਚੇ ਜ਼ਿਆਦਾਤਰ ਜਿਹੜੀ ਆ ਨਾ ਪੱਕੀ ਹੈ ਲੇਕਿਨ ਕੁਝ ਕੁਝ ਜਗ੍ਹਾ ਹਨ ਕੱਚੀਆਂ ਵੀ ਇਸ ਰੋਡਾਂ ਨਹੀਂ ਆ ਪਰ ਹੁਣ ਭਾਵੇਂ ਪੱਕੀ ਆ ਕੱਚੀ ਮੈਂ ਆਪਣੀ ਮੰਜ਼ਿਲ ਪਰ ਇਨਸ਼ਾ ਅੱਲਾ ਪੁੱਜਣਾ ਹੀ ਪੁੱਜਣਾ ਵਾਹ ਜੀ ਵਾਹ ਹੁਣ ਸਹੀ ਅਸਲ ਖੂਬਸੂਰਤ ਘਰ ਸਟਾਰਟ ਹੋਏ ਤਾਂ ਕਹਾ ਜਨਾਬ ਇੱਧਰ ਵੀ ਕਸ਼ਮੀਰ ਦੀ ਖੂਬਸੂਰਤ ਜ਼ਿੰਦਗੀ ਸ਼ਟਰ ਸਟਾਈਲ ਕਾਰ ਮੱਕਾ ਅੱਗੇ ਕੇ ਰਹਿਣੇ ਲੱਗੀ ਆ ਮੈਂ ਖੁਸ਼ਕਿਸਮਤ ਆ ਕੇ ਮੈਂ ਐਸੀ ਐਸੀ ਜਗ੍ਹਾ ਪਿਆ ਅੱਛਣ ਲੱਗੇ ਹਾਂ ਔਰ ਆਪਣੇ ਕਸ਼ਮੀਰ ਕੀ ਹਰ ਇੱਕ ਕੋਨੇ ਤੋਂ ਪਿਆ ਡਿਸਕਵਰ ਕਰਨ ਲੱਗੇ ਹਾਂ ਵਾਂ
ਐਕਸਪਲੋਰ ਕਰਨਾ ਔਰ ਆਪਣੇ ਵਿਊਵਰਸ ਕੀ ਵੀ ਦੱਸਣਾ ਔਰ ਖੁਦ ਵੀ ਤੱਕਣ ਲੱਗਿਆ। ਹੁਣ ਇਹ ਪਹਾੜ ਕਿਤਨਾ ਸੋਹਣਾ ਗ੍ਰਾਮ ਹੈ, ਪੂਰੇ ਘਰ ਤੱਕ ਉਹ ਪਹਾੜ ਹੈ ਨੀ, ਪਰ ਕਿਸ ਤਰ੍ਹਾਂ ਰੋਡ ਕੁਝਾਂ ਜੋ ਖਰਾਬ ਹੈ, ਥੋੜੀ ਥੋੜੀ, ਜ਼ਿਆਦਾ ਨਹੀਂ ਹੈ, ਜ਼ਿਆਦਾ ਸੋਹਣੀ ਰੋਡ ਹੈ। ਜਿੱਥੋਂ ਜਿੱਥੋਂ ਪਾਣੀ ਆ ਹੀ ਰਿਹਾ ਨਾ, ਇਸ ਲਈ ਹਾਲੇ ਵੀ ਚਸ਼ਮੇ ਆ ਰਹੇ ਤੱਕੋ ਨਾ, ਕਿਤਨਾ ਪਿਆਰਾ ਔਰ ਖੂਬਸੂਰਤ ਅੰਦਾਜ਼ ਵਿੱਚ ਪਾਣੀ ਆ ਹੀ ਰਿਹਾ ਹੈ। ਇਹ ਸਾਹਮਣੇ ਤੋਂ ਤੱਕੋ ਮਾਸ਼ਾ ਅੱਲਾ, ਇਸ ਤਰ੍ਹਾਂ ਅੱਛਣਾ ਰੇਸੀ, ਚਾਹੇ ਜੋ ਬਰਫਾਂ ਆਵਣ, ਜੋ ਮਰਜ਼ੀ ਆਵੇ। ਇੱਥੇ ਖੂਹ ਵਾਲੀ ਤਾਂ ਸਿਸਟਮ ਕੋਲ ਨਾ, ਜਿਸ ਸਾਈਡ ਸਾਈਡ ਖੂਹ ਛੂਹਣ, ਇੱਥੇ ਉਹ ਸਿਸਟਮ ਕੋਲ ਨਹੀਂ। ਜਿਹੜਾ ਗ੍ਰਾਮ ਵਿੱਚ ਪਾਰੂ ਦੱਸਣਾ ਸਾ, ਹੁਣ ਮੈਂ ਉਸਨੇ ਰਾਰ ਪੁੱਜੀ ਆਇਆ ਵਾਂ। ਤੱਕੋ ਹਾਂ, ਚੜੀ 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 ਕੇ ਪਤਾ ਨਹੀਂ ਹਾਲੇ ਵੀ ਅੱਧਾ ਘੰਟਾ ਘੰਟਾ ਲੱਗ ਸੀ। ਹੁਣ ਆਸਤਾ ਆਸਤਾ ਮੈਂ ਝੜਾਂ ਵਾਲੀ ਜਗ੍ਹਾ ਪੁੱਜੀ ਆਇਆ ਵਾਂ, ਜਿੱਥੇ ਚਾਰ ਢੱਠੇ ਸਾਹਮਣੇ ਤੱਕੋ ਕਿਤਨਾ ਖੂਬਸੂਰਤ ਜੰਗਲ ਹੈ। ਸੁਭਾਨ ਅੱਲਾ, ਇਸ ਤੋਂ ਪਿੱਛੇ ਵੀ ਬਹੁਤ ਜ਼ਿਆਦਾ ਖੂਬਸੂਰਤੀ ਸੀ, ਲੇਕਿਨ ਇੱਥੋਂ ਅੱਗੇ ਜਿਹੜੀ ਖੂਬਸੂਰਤੀ ਸਟਾਰਟ ਹੋ ਰਹੀ ਹੈ ਨਾ, ਇਹਨਾਂ ਪਹਾੜਾਂ ਨੀ, ਝਾੜ, ਜੰਗਲ, ਕਾਰ, ਸਾਰੀਆਂ ਚੀਜ਼ਾਂ ਨੀ। ਆਨੰਦ ਖੂਬਸੂਰਤ ਮੰਜ਼ਿਲਾਂ ਨੇ ਹਮੇਸ਼ਾ ਹੀ ਰਸਤੇ ਮੁਸ਼ਕਲ ਹੋਣੇ, ਤਾਂ ਉਹ ਇੱਕ ਹਿਸਾਬ ਹੈ। ਮਾਸ਼ਾ ਅੱਲਾ ਜੀ, ਹੁਣ ਨਜ਼ਰ ਮਾਰੋ, ਹਾਂ ਕਿਆ ਬਾਤ ਹੈ ਜੀ, ਕਿਆ ਰੌਣਕ ਹੈ, ਕਿਤਨੇ ਖੂਬਸੂਰਤ ਅੰਦਾਜ਼ ਜੀ, ਨਜ਼ਰ ਮਾਰੋ, ਹਾਂ ਪਾਣੀ ਆ ਹੀ ਰਿਹਾ ਉੱਪਰੋਂ ਔਰ ਬੜੇ ਦੂਰੋਂ ਕੁਦਰੋਂ ਆ ਰਿਹਾ, ਔਰ ਕਿਤਨਾ ਸੋਹਣਾ ਫੈਸਲਾ ਲੱਗਣ ਲੱਗੇ ਆਵੇ। ਤੱਕੋ ਹਾਂ, ਮਿੱਟੀ ਨੀ, ਪੜੀਆਂ ਨੀ, ਲੱਕੜੀ ਨੀ, ਦੁਕਾਨ ਸੁਭਾਨ ਅੱਲਾ। ਇੱਥੇ ਜਨਾਬੇ ਵਾਲਾ ਖਲੀ ਕਹਿ ਤਾ ਤੁਸੀਂ ਕਿ ਬਿਊਟੀ ਦੱਸਿਆ, ਹਾਲੇ ਸਾਰਾ ਸਫ਼ਰ ਹੈ, ਲੇਕਿਨ ਰਸਤੇ ਨਹੀਂ ਖੂਬਸੂਰਤੀ ਹੈ ਨਾ, ਇਹ ਤੱਕੋ ਨਾ ਕਿਸ ਤਰ੍ਹਾਂ ਪਾਣੀ ਆ ਹੀ ਰਿਹਾ ਜਨਾਬੇ ਵਾਲਾ ਫਲੋ ਦੇ ਨਾਲ, ਸੁਭਾਨ ਅੱਲਾ। ਅੱਲਾ ਕਰੇ ਨਿਸ਼ਚੂ ਮੈਂ ਪਾਰ ਹੋਈ ਜਾਂ। ਓਏ ਹੋਏ ਹੋਏ ਹੋਏ, ਬਹੁਤ ਬੁਰਾ ਰਸਤਾ ਜੀ, ਹੁਣ ਤਾਂ ਖੇੜੀਆਂ ਵੀ ਡੁਬਾਉਣੀਆਂ ਪਏ ਸਨ। ਖੇੜੀਆਂ ਛੇੜੀਆਂ ਗਈਆਂ ਮਾੜੀਆਂ, ਜਨਾਬੇ ਵਾਲਾ ਸ਼ਦੀਦ ਟਾਈਪ ਨੀ ਬਾਰਿਸ਼ ਵੀ ਲੱਗੀ ਪਈ ਹੈ। ਇਕੱਠਾ ਇੱਕ ਪਾਰ ਕੀਤਾ ਅਸਾਂ, ਤਾਂ ਉਸ ਤੋਂ ਬਾਅਦ ਬਾਰਿਸ਼ ਸ਼ੁਰੂ ਹੋਈ ਗਈ ਆ, ਹੁਣ ਪਤਾ ਨੀ ਸਾਰਾ ਕਿਆ ਬਣ ਸੀ ਅੱਜ। ਕਿਆ ਗਿਆ ਟਾਪ ਉੱਪਰ ਆਇਆ ਤੇ ਸ਼ਦੀਦ ਬਾਰਿਸ਼ ਸ਼ੁਰੂ ਹੋਈ ਗਈ ਹੈ, ਤਾਂ ਮੈਂ ਆਪਣੀ ਬਰਸਾਤੀ ਵੀ ਕੋਈ ਆਉਂਦੀ, ਕੋਈ ਚੀਜ਼ ਨੀ ਆਉਂਦੀ ਅੱਜ। ਮੈਂ ਸੋਚਿਆ ਕਿ ਮੌਸਮ ਠੀਕ ਹੋ ਸੀ, ਹੁਣ ਕੋਈ ਆਸਰਾ ਲੋੜਨੇ ਆ ਕੁਦਰੇ ਖੱਲੇ ਨਾ,
ਤਕੋ ਹਾਂ ਦਰਿਆ ਨਾਲੋ ਨਾਲ ਚੱਲੀ ਰਿਹਾ ਸਾਡੇ, ਮਤਲਬ ਕਿ ਇਕੱਠਾ ਪਾਣੀ ਉੱਪਰੋਂ ਆ ਹੀ ਰਿਹਾ ਵੈ। ਜਿਹੜੀ ਅੱਲਾ ਕਰਸਨ ਹੁਣ ਬਾਰਿਸ਼ ਹੈ ਤੇ ਫਿਰ ਕਿਆ ਹੋਈ ਸਕਣਾ ਵੈ। ਆਪਣੀ ਮੰਜ਼ਿਲ ਉੱਪਰ ਤੇ ਮੈਂ ਪੁੱਜਣਾ ਹੀ ਪੁੱਜਣਾ। ਇਹ ਕਸ਼ਮੀਰੀ ਅਨਐਕਸਪਲੋਰਡ ਵੈਲੀ ਹੈ ਜਨਾਬ, ਜਿਸ ਅੱਜ ਮੈਂ ਐਕਸਪਲੋਰ ਪਿਆ ਕਰਨ ਲੱਗੇ ਆਵਾਂ। ਔਰ ਇਤਨੀ ਕੋਈ ਖੂਬਸੂਰਤ ਹੈ ਨਾ ਕਿ ਜਿਤਨੀ ਤਾਰੀਫ ਕੀਤੀ ਜਾਏ ਇਸ ਵੈਲੀ ਨਹੀਂ ਤਾਂ ਉਤਨੀ ਘੱਟ ਹੈ ਜਨਾਬੇ ਵਾਲਾ। ਇੱਥੇ ਹੁਣ ਰੁਕਸਾਨ ਆਰਾਮ ਸਕੂਨ ਦੇ ਨਾਲ ਟੋਮਟ ਬਾਰਿਸ਼ ਹਲਕੀ ਹੈ ਵੈ, ਤੇ ਫਿਰ ਨਿਕਲਨੇ ਆ ਨਾਲੇ ਚਾਹ ਸ਼ਾਹ ਪੀਣੇ ਆ ਇੱਥੋਂ। ਸਾਡੀ ਆਮ ਤਾਂ ਸਾਡੀ ਸ਼ਾਨ ਜਨਾਬੇ ਵਾਲਾ, ਤਾਂ ਸਾਡੀ ਪਹਿਚਾਣ ਤੱਕ ਉਹ ਕਸ਼ਮੀਰ ਦਾ ਝੰਡਾ ਬੜੇ ਖੂਬਸੂਰਤ ਅੰਦਾਜ਼ ਵਿੱਚ, ਔਰ ਸਪੈਸ਼ਲੀ ਬਾਰਿਸ਼ ਜਿਹੜੀ ਲੱਗੀ ਹੋਈ ਹੈ ਨਾ ਇਸਲੇ, ਕਿਆ ਬਾਤ ਹੈ। ਔਰ ਇੱਧਰ ਨਜ਼ਰ ਮਾਰੋ ਹਾਂ ਇਸਕੀ, ਸਾਡਾ ਜਿਹੜਾ ਸ਼ਹਿਜ਼ਾਦਾ ਵੈ। ਸ਼ੁਕਰ ਹੈ ਜਨਾਬ, ਬਾਰਿਸ਼ਾਂ ਨੇ ਵੀ ਤਾਜ਼ੀ ਤਾਜ਼ੀ ਚਾਹ ਜਿਹੜੀ ਹੈ ਲੱਭੀ ਗਿਆ ਨਾਲ ਤੱਕ ਨੇ। ਉਸ ਸਾਡੇ ਦੋਸਤ ਜਨਾਬ ਅਨੀਸ ਬਾਈ ਮੁਜ਼ਫਰਾਬਾਦ ਤੋਂ। ਤੇ ਅਨੀਸ ਬਾਈ ਇਹ ਬਤਾਏ ਕਿ ਕਿਤਨਾ ਟਾਈਮ ਲਈ ਸੀ ਉੱਪਰ? ਟੁੱਟੀ ਭੱਜੀ ਵੀ ਹੈ, ਪੜੀਆਂ ਲਈ ਅਪਰੂ ਚਿੱਕੜ ਵੀ ਹੈ। ਅੱਲਾ ਖੈਰ ਕਰਨ। ਇੱਥੋਂ ਕੋਈ ਸਲਾਈਡ ਆਈ ਹੈ ਬਹੁਤ ਬੜੀ। ਇਹ ਟਾਪ ਐਸਾ ਜਨਾਬ ਕਿ ਸਾਹ ਬੰਦ ਗਏ ਛੋੜਨਾ ਸਕੂਟਰ ਨਾ। ਜਦੋਂ ਨਾ ਮੈਂ ਜਨਾਬ ਸਫ਼ਰ ਕਰੀ ਰਿਹਾ ਵਾਂ ਨਾ, ਮੈਂ ਕਸ਼ਮੀਰ ਨੇ ਬੜੇ ਬੜੇ ਖੂਬਸੂਰਤ ਇਲਾਕਿਆਂ ਦੇ ਵਿੱਚ ਗੁਜ਼ਰਿਆ, ਲੇਕਿਨ ਅੱਜ ਇਸ ਮੌਸਮ ਦੀ ਵਜ੍ਹਾ ਤੋਂ ਯਾ ਇਸ ਜਗ੍ਹਾ ਨੀ ਗ੍ਰੀਨਰੀ ਐਸੀ ਹੈ ਕਿ ਮੈਂ ਬਾਰ ਬਾਰ ਸੁਬਹਾਨ ਅੱਲਾ ਆਉਣਾ ਔਰ ਕੋਈ ਲਫ਼ਜ਼ ਨਹੀਂ ਇਸਨੀ ਤਾਰੀਫ ਵਾਸਤੇ ਕਿ ਕਿਤਨੀ ਖੂਬਸੂਰਤ ਜਗ੍ਹਾ ਵੈ। ਸਲਾਮ ਵਾਲੇਕੁਮ। ਹੁਣ ਸਾਡੀ ਰੋਡਾਂ ਨੇ ਨਾਲੋ ਨਾਲ ਜਨਾਬ ਇਹ ਖੂਬਸੂਰਤ ਝਰਨਾ ਚੱਲ ਸੀ। ਜੰਗਲ ਦੇ ਵਿੱਚ ਇਹ ਖੂਬਸੂਰਤ ਰੋਡ, ਇਸ ਨਾਲ ਇੱਕ ਆਪਣਾ ਹੀ ਮਜ਼ਾ। ਔਰ ਆਫ ਰੋਡ ਨਾਲ ਤੇ ਮੈਂ ਕਿਹਾ ਹੀ ਬਾਤ ਹੈ ਨਾ, ਇੱਥੇ ਹੁਣ ਆਕਸੀਜਨ ਲੈਵਲ ਬਿਲਕੁਲ ਲੋ ਹੈ। ਸ਼ੁਕਰ ਹੈ ਪੱਕੀ ਰੋਡ ਆਈ ਗਈ ਹੈ, ਹੁਣ ਕੋਈ ਟੈਨਸ਼ਨ ਨਹੀਂ। ਤਾਂ ਕਹਾਂ ਜਨਾਬ ਇੱਥੇ ਬੱਕਰਵਾਲਾਂ ਨੇ ਤੰਬੂ ਵੀ ਲੱਗੇ ਹੋਏ ਐ ਤਾਂ ਟਾਪ ਉੱਪਰ, ਔਰ ਸਹੀ ਸਰਦੀ ਹੈ ਇੱਥੇ ਸਹੀ। ਧੂੰਆਂ ਛੂਆਂ ਨਿਕਲਣਾ ਪਿਆ, ਕਿਆ ਤਾਂ ਕੋਈ ਜਾਣਨੇ ਲਈ ਆਉਣ ਮਾੜੇ ਜਨਾਬ ਇੱਥੇ। ਇਹ ਟਰੈਕ ਸਾਰਾ ਸਾ ਯਾਦ ਰੱਖਣਾ ਜਿਹੜੇ ਜਿਹੜੇ ਵਿਊਵਰ ਜਿੱਦਾਂ ਰੱਛਣਾ ਚਾਹਣੇ ਨੇ ਕਿ ਕਿਸ ਤਰ੍ਹਾਂ ਨਾ ਹੈ। ਜਾਂ ਤਾਂ 4x4 ਗੱਡੀ ਪਰ ਛੋ, ਤਾਂ ਸਕੂਟਰ ਪਰ ਕੋਈ ਮਸਲਾ ਨਹੀਂ ਹੈ, ਤੁਸੀਂ ਆ ਸਕਣੇ ਹੋ ਈਜ਼ੀਲੀ। ਕਾਰਾਂ ਸ਼ਾਰਾਂ ਵੀ ਹੈਗੀਆਂ, ਮਾੜੇ ਦੋਸਤਾਂ ਨੇ ਕਾਰ ਵੀ ਆਈ ਜਾਣੀ ਹੈ ਇਸ ਦੇ ਉੱਪਰ। ਡਰਾਈਵਰ ਜ਼ਰਾ ਦਿਲ ਗੁਰਦੇ ਲਾਉਣਾ ਚਾਹੀਦਾ ਵਾ ਇੱਥੇ। ਹੁਣ ਮੱਝਾਂ ਤਾਂ ਗਈਆਂ ਲੱਭੀਆਂ ਚੁਗਣੀਆਂ। ਲਓ ਜੀ ਜਨਾਬ ਐਸੀ ਜਗ੍ਹਾ ਆਈ ਗਏ ਆ ਜਿੱਥੇ ਅੱਗੇ ਹੁਣ ਮਾੜੇ ਖਿਆਲ ਹੈ ਜੈਸੇ ਰਸਤਾ ਵੀ ਨਹੀਂ ਦਿਸਣ ਲਾ। ਇਸ ਟਾਪ ਨੇ ਅਸਾਂ ਕਾਫੀ ਨਜ਼ਦੀਕ ਪੁੱਜੀ ਆਇਆ। ਵਾਹ ਜੀ ਵਾਹ, ਹੁਣ ਝੜਾਂ ਦੇ ਵਿੱਚ ਬਿਲਕੁਲ ਅੱਗੇ ਮਿਗੀ ਵੀ ਰਸਤਾ ਕੋਈ ਨਹੀਂ ਦਿਸਣਾ, ਬਸ ਇਹ 15-20 ਫੁੱਟ ਸਿਰਫ ਅੱਗੇ ਦਿਸਣਾ।
ਬਸ ਸਟਾਪ ਨੇ ਮੈਂ ਨਜ਼ਦੀਕ ਹਾਂ ਇੱਥੇ ਤੱਕਣੇ ਹੋ ਸੋ ਬੱਕਰਵਾਲ ਕਬੀਲੇ ਆਬਾਦ ਹਨ ਜਨਾਬ ਹਰ ਜਗ੍ਹਾ ਇਸ ਘੋੜੇ ਪਤਾ ਨਹੀਂ ਕਿਆ ਟੰਗੇ ਜਾਣੇ ਚੁਬਾਰੇ ਕੀ ਕੋ ਲੱਤ ਛੱਤ ਨਾ ਮਸਲਾ ਫਾਈਨਲੀ ਜਨਾਬ ਟੋਪ ਉੱਪਰ ਤਾਂ ਅਸਾਂ ਪੁੱਜ ਗਏ ਹਾਂ ਤਾਂ ਪਾੜੂਕਾ ਸ਼ਹਿਜ਼ਾਦਾ ਸਹੀ ਸਲਾਮਤ ਪੁੱਜ ਗਏ ਅਸੀਂ ਇੱਥੇ ਲੌਕ ਕਰ ਸਾਂ ਤਾਂ ਫਿਰ ਤੁਸਾਂ ਕੀ ਵਿਊ ਕਰਾਉਣੇ ਆ ਗਿਆ ਫਾਈਨਲੀ ਜਨਾਬ ਮੈਂ ਪਠਿਆਲੀ ਟੋਪ ਦੇ ਉੱਪਰ ਪੁੱਜੀ ਆਇਆ ਇਹ ਪਠਿਆਲੀ ਛੋਟਾ ਟਾਪ ਇਸ ਕੀ ਆਖਣੇ ਲੇਕਿਨ ਮੈਂ ਇਸ ਤੋਂ ਪਹਿਲੇ ਇਤਨੀ ਖੂਬਸੂਰਤ ਘੱਟ ਘੱਟ ਕਸ਼ਮੀਰ ਦੇ ਵਿੱਚ ਜਗ੍ਹਾ ਤੱਕ ਹੀ ਹੋ ਸੀ ਇੱਥੇ ਇੰਨੀ ਖੂਬਸੂਰਤੀ ਨਾ ਕੋਈ ਜਵਾਬ ਨਹੀਂ ਜਨਾਬ ਜਿਹੜੀ ਗ੍ਰੀਨਰੀ ਹੈ ਨਾ ਇਸਲੇ ਮਾੜੇ ਬੈਕਗਰਾਉਂਡ ਇੱਥੋਂ ਤੱਕਣੇ ਜਿੱਧਰ ਵੀ ਮੈਂ ਕੈਮਰੇ ਕੀ ਟਰਨ ਕਰਾਂ ਇੱਕ ਅਲੱਗ ਥਲਗ ਨਜ਼ਾਰਾ ਹੈ ਜਨਾਬ ਹੈ ਵਾਲਾ ਔਰ ਸਪੈਸ਼ਲੀ ਸੈਂਟਰ 'ਚ ਜਗ੍ਹਾ ਉੱਚੀ ਗ੍ਰੀਨਰੀ ਔਰ ਅੱਗੇ ਪਿੱਛੇ ਇਸਨੇ ਦਰਖਤ ਜਿਹੜੇ ਇਸ ਦੀ ਖੂਬਸੂਰਤੀ ਕੀ ਨਾ ਚਾਰ ਚੰਦ ਫੈਲਾਉਣ ਲੱਗੇ ਹੋਏ ਔਰ ਸਭ ਤੋਂ ਬੜੀ ਇੱਕ ਚੀਜ਼ ਤੁਸੀਂ ਤੱਕੋ ਅਗਰ ਡਰੋਨ ਫੁਟੇਜ ਨੇ ਵਿੱਚ ਜਨਾਬ ਹੈ ਵਾਲਾ ਕਿ ਇਸਨੇ ਨਾਲ ਜਿਹੜੀ ਇੱਕ ਬੈਕ ਹੈ ਧੋਖ ਜਿਸ ਆਣੇ ਨਾ ਇਸਨੇ ਮਿੱਟੀ ਨੇ ਕਾਰ ਜਾਂ ਜਿਹੜੇ ਸ਼ਟਰ ਸਟਾਈਲ ਕਾਰ ਹਨ ਇਹਨਾਂ ਦੀ ਖੂਬਸੂਰਤੀ ਨਾ ਜਵਾਜ਼ ਹੀ ਕੋਣੀ ਜਨਾਬ ਔਰ ਉਸ ਤੋਂ ਬਾਅਦ ਤੁਸੀਂ ਇਹ ਤੱਕੋ ਕਿ ਬੱਚੇ ਇਸਲੇ ਜਨਾਬ ਵਾਲਾ ਤਾਂ ਬੜੇ ਕ੍ਰਿਕਟ ਖੇਡੀ ਰਹੇ ਨੇ ਮੈਣਾ ਇਤਨਾ ਸੋਹਣਾ ਗਰਾਊਂਡ ਦੁਨੀਆ ਨੇ ਕਿਹੜੇ ਕੋਨੇ ਨੇ ਉੱਪਰ ਉਹ ਸੀ ਮੈਣਾ ਸੁਭਾਨ ਅੱਲਾ ਜਿਤਨੀ ਵਾਰੀ ਸੁਭਾਨ ਅੱਲਾ ਆਹਾਂ ਉਤਨੀ ਵਾਰੀ ਘੱਟ ਹੈ ਇਸ ਸਾਹਮਣੇ ਅਗਰ ਤੁਸੀਂ ਤੱਕੋ ਨਾ ਜਿਸ ਕੀ ਝੜਾ ਘੇਰੇ ਆ ਵੈ ਟੋਪ ਕੀ ਇਹ ਸ਼ੀਸ਼ਾ ਮਾਲੀ ਹੈ ਜਨਾਬ ਵਾਲਾ ਉਹ ਇਸਦੀ ਪਰਲੀ ਸਾਈਡੋਂ ਮੈਂ ਗੁਜ਼ਰੀ ਕੇ ਗਿਆ ਵਾਂ ਲੀਪਾ ਵੈਲੀ ਇਸਨੇ ਦੂਈ ਸਾਈਡ ਨੇ ਉੱਪਰ ਨਾ ਲੀਪਾ ਵੈਲੀ ਹੈ ਲੇਕਿਨ ਇਹ ਅਨਐਕਸਪਲੋਰ ਵੈਲੀ ਹੈ ਇਹ ਜਿੱਥੇ ਅੱਜ ਮੈਂ ਆਇਆ ਵਾਂ ਤਾਂ ਤੁਸੀਂ ਹੁਣ ਖੁਦ ਇਸ ਨਾਲ ਅੰਦਾਜ਼ਾ ਲਾ ਸਕਣੇ ਹੋ ਕਿ ਕਿਤਨੀ ਇਹ ਪਿਆਰੀ ਔਰ ਖੂਬਸੂਰਤ ਵੈਲੀ ਹੈ ਹੁਣ ਮੌਸਮ ਥੋੜ੍ਹਾ ਜਿਹਾ ਇਹ ਸਾਫ਼ ਹੋਇਆ ਪਹਿਲੇ ਤਾਂ ਸਾਰਿਆਂ ਧੁੰਦ ਦਹਿਸ਼ਤ ਰਹੀ ਰਿਹਾ ਵੈ ਤਾਂ ਇਸ ਵਜ੍ਹਾ ਤੋਂ ਨਾ ਇੰਨੀ ਖੂਬਸੂਰਤੀ ਕਿ ਮੈਂ ਪ੍ਰੋਪਰ ਤਰੀਕੇ ਨਾਲ ਤੁਸੀਂ ਦੱਸੀ ਸਕਿਆ ਵਾਂ ਮਾੜੀ ਵੀਡੀਓ ਤੱਕ ਹੀ ਗਿਆ ਜਨਾਬ ਕੁਛ ਕੁਛ ਪ੍ਰੋਗਰਾਮ ਬਣਾਇਆ ਵੇ ਇਹ ਲਾਜ਼ਮੀ ਵੀ ਕੀਤਾ ਸਿਆ ਇੱਥੇ ਅਛਣੇ ਨਾ ਔਰ ਬਾਕੀ ਹੈ ਕਿ ਤੁਸੀਂ ਇੰਨੀ ਖੂਬਸੂਰਤੀ ਕਿ ਇੰਜੋਏ ਕੀਤਾ ਜਾਂ ਨਹੀਂ ਕੀਤਾ ਜਾਂ ਇਹ ਜਗ੍ਹਾ ਤੁਸੀਂ ਕਿ ਇਸ ਤਰ੍ਹਾਂ ਲੱਗੀ ਹੈ ਜਿਹੜੀ ਫਸਟ ਟਾਈਮ ਐਕਸਪਲੋਰ ਕੀਤੀ ਹੈ ਔਰ ਮੈਂ ਤੁਸੀਂ ਸਭਾ ਕੀ ਆਖਸਾਂ ਕਿ ਤੁਸੀਂ ਬਾਕੀ ਜਗ੍ਹਾ ਕਰੋ ਵਿਜ਼ਿਟ ਜਾਂ ਨਾ ਕਰੋ ਲੇਕਿਨ ਇਹ ਜਗ੍ਹਾ ਜ਼ਰੂਰ ਤੁਸੀਂ ਵਿਜ਼ਿਟ ਕਰੋ ਔਰ ਸਪੈਸ਼ਲੀ ਇਸਦੇ ਨਾਲ ਜਿਹੜੀ ਢੋਕ ਹੈ ਉਹ ਤੱਕੋ ਇੱਥੇ ਨਾ ਰਹਿਣ ਸਹਿਣ ਤੱਕੋ ਇਸ ਵੈਲੀ ਨੀ ਜ਼ਰੂਰ ਤੁਸੀਂ ਖੂਬਸੂਰਤੀ ਕੀ ਨਾ ਅੱਛੀ ਕਿਆ ਜਨਾਬ ਵਾਲਾ ਐਕਸਪਲੋਰ ਕਰੋ ਸਪੈਸ਼ਲੀ ਯੂਟਿਊਬਰ ਹਜ਼ਰਾਤ ਸੋਸ਼ਲ ਮੀਡੀਆ ਐਕਟਿਵਿਸਟ ਜਿਤਨੇ ਤਾਂ ਇਸ ਵੈਲੀ ਕੀ ਮਜ਼ੀਦ ਐਕਸਪਲੋਰ ਕਰੋ ਮਾੜਾ ਤਾਂ ਦਿਲ ਖੁਸ਼ ਹੋਈ ਗਿਆ ਜਨਾਬ ਨੈਕਸਟ ਟਾਈਮ ਮੈਂ ਇਨਸ਼ਾਅੱਲਾ ਇੱਥੇ ਅੱਛਾਂ ਕੈਂਪਿੰਗ ਵੀ ਕਰ ਸਾਂ ਤਾਂ ਕੁਕਿੰਗ ਵੀ ਕਰ ਸਾਂ ਤਾਂ ਆਈ ਹੋਪ ਸੋ ਕਿ ਤੁਸੀਂ ਇੰਨੀ ਖੂਬਸੂਰਤੀ ਤੋਂ ਬਹੁਤ ਖੁਸ਼ ਹੋਏ ਹੋ ਸੋ ਆਪਣੀਆਂ ਦੁਆਵਾਂ 'ਚ ਰੱਖਿਆ ਯਾਦ ਅੱਲਾ ਸੋਹਣੇ ਨੇ ਵਾਲਾ ਹੈ।